ਆ ਲੈ ਚੱਕ ਮੈਂ ਆ ਗਿਆ। ਓ ਜਲਪੀ, ਇਹ ਜਲਪ ਕਾਟਨੀ ਬੰਦ ਕਰ ਦੇ। ਅੱਪੂ, ਮੇਰਾ ਇੰਟਰਵਿਊ ਔਰ ਮੁਝੇ ਤਾਂ ਆਸ਼ੀਰਵਾਦ ਤਾਂਕਿ ਮੌਜੂਮ ਪਾਸ ਅੰਨਾ ਤੇ ਬਹੁਤ ਨਹੀਂ ਪੜਾ ਖਾਸ। ਬੇਟਾ ਲੈ ਜਾ ਤੂੰ ਮੇਰਾ ਆਸ਼ੀਰਵਾਦ ਔਰ ਹੋ ਜਾ ਤੂੰ ਪਾਸ ਔਰ ਛੋਕਰੀ ਛੋਕਰੀ ਨਹੀਂ ਨੌਕਰੀ ਲੈ ਗਈ ਹੈ ਸਾਥ। ਠੀਕ ਹੈ ਬਾਪੂ, ਚਲੋ ਜੀ ਅਗਲੇ ਰੂਮ ਲਾਓ। ਅਭਿਸ਼ੇਕ ਕਮ ਹੇਅਰ। ਆ ਲੈ ਚੱਕ ਮੈਂ ਆ ਗਿਆ। ਸਵਾਗਤ ਨਹੀਂ ਕਰੋਗੇ ਆਪ ਹਮਾਰਾ? ਜੁਲਫੋ ਕੋ ਘਰੇ ਰੱਖਿਆ ਤਾ ਯਾ ਲਾਨੇ ਜ਼ਰੂਰੀ ਹੈ। ਕਹਾਂ ਸੇ ਆਏ ਹੋ? ਅਜੀ ਘਰ ਸੇ ਆਏ ਹੋ? ਘਰ ਸੇ ਤਾਂ ਹਮ ਵੀ ਆਏ ਹੈ। ਮੈਂ ਘਰ ਕਹਾਂ ਹੈ? ਘਰ ਜੀ ਗਾਉਂ ਮੈਂ। ਗਾਉਂ ਮੈਂ ਤਾਂ ਗਾਉਂ ਕੌਣ ਸਾ ਹੈ ਤੇਰਾ? ਪੂਰੇ ਭਾਰਤ ਮੈਂ ਇੱਕ ਯੂਪੀ ਫੇਮਸ ਹੈ। ਅੱਜ ਯੂਪੀ ਮੈਂ ਮੇਰਾ ਤਾਂ ਤਮੀਜ਼ ਨਾ ਬਤਾ ਤਮੀਜ਼ ਮੈਂ ਹਮਨੇ ਤੇਰੇ ਸੇ ਪੁੱਛੀ ਤੇਰਾ ਗਾਉਂ ਕਾ ਨਾਮ ਪੂਰੇ ਬ੍ਰਹਮਾਂਡ ਮੈਂ ਘੁਮਾਵਾਂਗਾ। ਮੈਂ ਆਪਣੇ ਗਾਉਂ ਕਾ ਨਾਮ ਬਤਾ ਬਸ। ਅਜੀ ਗਾਉਂ ਕਾ ਨਾਮ ਹੈ ਬੇਟਾ? ਆਪਣਾ ਨਾਮ ਬਤਾਓ। ਪੱਪੀ। ਪੱਪੀ? ਮੈਂ ਪੱਪੀ ਲਈ ਬਾਅਦ ਮੈਂ ਘਰ ਜਾ ਕੇ ਆਪਣਾ ਨਾਮ ਬਤਾ। ਅਜੀ ਪੱਪੀ। ਮੈਂ ਫੇਰ ਪੱਪੀ ਮੰਗ ਰਿਹਾ, ਨਾਮ ਬਤਾ ਆਪਣਾ ਨਾਮ। ਅਜੀ ਪੱਪੀ। ਮੇਰਾ ਨਾਮ ਪੱਪੀ। ਪੱਪੀ? ਪੜਾ ਲਿਖਾ ਲਿਖ ਦਿਆ, ਇੰਗਲਿਸ਼ ਮੈਂ ਬੋਲ ਲਿਆ, ਮੇਰੇ ਤਾਂ ਖਰਬੱਚੇ ਛੁੜ ਗਿਆ। ਹਿੰਦੀ ਮੈਂ ਪੁੱਛ ਲੋ। ਠੀਕ ਹੈ ਰਾਮ। ਹਾਂ ਬਾਈ, ਹਿੰਦੀ ਮੈਂ ਪਤਾ, ਹਿੰਦੀ ਮੈਂ ਸੁੰਦਰ ਲਾਲ ਬਾਈ, ਜੋ ਸਭ ਤੋਂ ਠੀਕ ਹੈ। ਅਬ ਆਪਣੇ ਡਾਕੂਮੈਂਟ ਨਿਕਾਲ। ਲੋ ਸਰ, ਦਸਵੀਂ ਕੀ ਮਾਰਕਸ਼ੀਟ ਲਾਓ ਆਪਣੀ। ਲੋ ਸਰ, ਬੈਸੀ ਮਾਰਕਸ਼ੀਟ ਪਾਉਂਦੇ ਦੇ ਸਮਝਣ ਲੱਗੀ। ਤਾਂ ਕਿੰਨੇ ਪਰਸੈਂਟ ਆਏ ਤੇਰੇ ਦਸਵੀਂ ਮੈਂ? 4.5 ਆਏ। ਇਹ ਕਿੰਨੇ ਹੋ ਗਏ ਆਪਣੀ? ਜਾਓ ਲਗਾ ਲਓ। ਸਰ, ਇਹ ਜਨ ਦੇ ਦੀ ਨੌਕਰੀ ਤੇ ਦਿਮਾਗ ਖਰਾਬ ਕਰ ਦੇਗਾ। ਕੋਰਾ ਕਾਗਜ਼ ਲੈ ਕੇ ਲੋ ਕਰਾਂ ਪਾਸ। 44% ਬਤਾ ਰਹਾ, ਪਤਾ ਕੁਛ 44 ਕਿਤਨੋ? ਸਹੀ ਕਹਿ ਰਹਾ ਹੂੰ। ਮੇਰੇ ਕੋਈ ਤਰੀਕਾ ਸੋਚ, ਕਿਸੇ ਐਸਾ ਨਿਕਾਲ ਲੇਗਾ। ਸਰ, ਵੈਸਾ ਹੈ ਇੱਕ ਮੇਰੇ ਪਾਸ ਤਰੀਕਾ। ਅੱਛਾ, ਤੋ ਬੇਟਾ ਤੁਹਾਡੇ ਪਿਤਾ ਜੀ ਦਾ ਨਾਮ ਸੁੰਦਰ ਲਾਲ ਹੈ? ਪ੍ਰੂਫ ਦਿਖਾਓ। ਮੇਰਾ ਮੈਚ ਕਰ ਲਈ। ਸਰ, ਵੈਸੇ ਮੈਚ ਤੋਂ ਕਰ ਰਿਹਾ ਹੈ। ਮੈਂ ਕੋਈ ਹੋਰ ਤਰੀਕਾ ਦੇ ਦੋ। ਸਰ, ਮੇਰੇ ਰੁਪਏ ਦਾ ਤਰੀਕਾ ਬਤਾ ਦੋ। ਇਸੇ ਚੂਤਿਆ ਪੰਜ ਕੇ ਸਰਟੀਫਿਕੇਟ ਮੰਗ ਲਓ, ਵੋ ਨਹੀਂ ਹੋਗਾ ਇਸ ਤਰ੍ਹਾਂ। ਮੰਗ ਦੋ। ਹਾਂ ਤਾਂ ਬੇਟਾ, ਆਪਣਾ ਚੂਤੇ ਪ੍ਰਮਾਣ ਪੱਤਰ ਨਿਕਾਲ ਲਓ। ਜਿਹਦੇ ਪੈਰਾ ਉੱਤੇ ਪ੍ਰਮਾਣ ਜੀ, ਇਸ ਕਦੋਂ ਬਸ ਇੱਕ ਹੀ ਇਲਾਜ ਹੈ, ਜਿਸ ਮ੍ਰਿਤਿਯੂ ਪ੍ਰਮਾਣ ਪੱਤਰ ਮੰਗ ਲਓ ਔਰ ਜੋ ਨਾ ਮਿਲਿਆ ਤਾਂ ਬਾਹਰ ਦਿਖਾ ਲਿਓ। ਚਲੋ ਭਾਈ, ਆਪਣਾ ਮ੍ਰਿਤਿਯੂ ਪ੍ਰਮਾਣ ਪੱਤਰ ਨਿਕਾਲ ਤੂੰ ਜਲਦੀ। ਓ ਸ਼ਿਟ, ਓ ਸ਼ਿਟ, ਵੋ ਕੌਣ ਸਾ ਲਮ? ਮੈਂ ਯਹਾਂ ਨਹੀਂ ਚਾਹੀਏ ਮੁਝੇ, ਜੋ ਸਭ ਬਾਹਰ ਕਰ ਲਓ। ਜੀ ਸਾਹਿਬ। ਪੰਕ ਨਹੀਂ ਕਰੋਗੇ ਬੇਟਾ? ਇਹ ਗਲੋਬ ਹੈ, ਇਸਕਾ ਨਯਾ ਵਰਜ਼ਨ ਆਇਆ ਹੈ ਅਭੀ। ਹਾਂ ਤਾਂ ਬੇਟਾ ਨਾਮ ਬਤਾਓ ਆਪਣਾ। ਨਾਮ ਤਾਂ ਕਿਆ ਲਿਆ ਤੁਮ? ਮਾਲ ਦਵਾਂ ਮਾਲ, ਨੌਕਰੀ ਤੁਹਾਡਾ ਰੱਖ। ਜ਼ਿਆਦਾ ਤਕੜੀ ਪਾਰਟੀ ਲੱਗ ਰਹੀ ਹੈ। ਸਰ, ਤਕੜਾ ਹਿਸਾਬ ਕਿਤਾਬ ਇਸ ਲੁੰਡੇਗਾ। ਕਿਆ ਕਰਨਾ ਚਾਹੀਏ? ਮੇਰੀ ਬਾਤ ਮੰਨੋ, ਇਸ ਤੇ ਇੱਕ ਲੈ ਲਓ। ਇੱਕ ਲੈ ਲੈ। ਹਾਂ ਤੂੰ ਜ਼ਿਆਦਾ ਨਹੀਂ, ਹਮੇ ਇੱਕ ਦੇ ਦੇ।
सर मुझे लग रहा है और वो का मालिक है, ये तो बड़ा ही खुश हो गया है। एक कुटे कुछ समझ ही नहीं रहा सर, मुझे लग रहा है सर कैड़ा ही हिसाब है। सर आज मैं 5 प्लॉट खरीदूंगा दिल्ली के अंदर। 5 10 खरीदूंगा बस। बस तुम सारे छोड़ो, मैं तो आज मंगल ग्रह पे प्लॉट कटवाऊंगा अपने। मंगल ग्रह पे? और क्या वहां प्लॉट कट रहे हैं? तो दे दो रुपया सर। सर एक मिनट सर, ये लो। मैं यू एक दिया इसने मारे अच्छी लगी तो वीडियो को लाइक करें, कमेंट करें और ज्यादा से ज्यादा शेयर करें, और हमसे जुड़े रहने के लिए चैनल को सब्सक्राइब करना ना भूलें और घंटी बजा दियो।